ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਨੈਬ ਸਿੰਘ ਸਿੱਧੂ ਅਸੀਂ ਖੜੇ ਹਾਂ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਜਿੱਥੇ ਕਿ ਅੱਜ ਭਾਰੀ ਗਿਣਤੀ ਵਿੱਚ ਸੰਗਤਾਂ ਨਵੇਂ ਸਾਲ ਨੂੰ ਲੈ ਕੇ ਮੱਥਾ ਟੇਕਣ ਲਈ ਅਤੇ ਇਸ਼ਨਾਨ ਕਰਨ ਲਈ ਪਹੁੰਚ ਰਹੀਆਂ ਹਨ ਅਤੇ ਹਰ ਇੱਕ ਨਵੇਂ ਸਾਲ 'ਚ ਚੰਗੇ ਕੰਮ ਹੋਣ ਚੰਗੇ ਕੋਈ ਅਰਦਾਸਾਂ ਕਰਨ ਲਈ ਪਹੁੰਚ ਰਹੇ ਹਨ ਕਿਉਂਕਿ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਨੂੰ ਵੈਲਕਮ ਕਰਨ ਲਈ ਪਹੁੰਚ ਰਹੇ ਹਨ ਅਤੇ ਸਾਡੇ ਨਾਲ ਜੁੜੇ ਹਨ ਗੁਰਦੁਆਰਾ ਸਾਹਿਬ ਦੇ ਹੱਡ ਗ੍ਰੰਥੀ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਕਿਸ ਤਰ੍ਹਾਂ ਸੰਗਤਾਂ ਇੱਥੇ ਪਹੁੰਚ ਰਹੀਆਂ ਅਤੇ ਕਿਸ ਤਰ੍ਹਾਂ ਆਪਾਂ ਅੱਜ ਇਹ ਗੁਰੂ ਘਰ 'ਚ ਆਸ਼ੀਰਵਾਦ ਲੈਣ ਲਈ ਪਹੁੰਚਿਆ। ਸਤਿ ਸ਼੍ਰੀ ਅਕਾਲ ਜੀ। ਅੱਜ ਨਵਾਂ ਸਾਲ ਹੈ ਜੀ, ਸੰਗਤਾਂ ਆ ਰਹੀਆਂ ਅਤੇ ਆਪਣੇ ਖੰਡਪਾਠ ਸਾਹਿਬ ਦੇ ਭੋਗ ਪਏ ਆ, ਕਿਸ ਤਰ੍ਹਾਂ ਦੇ ਇੱਥੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਹੀ ਇਸ ਪਾਵਨ ਪਵਿੱਤਰ ਅਸਥਾਨ 'ਤੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਨੇ, ਜੋ 1 ਜਨਵਰੀ ਨੂੰ ਸਾਲ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਭੋਗ ਪਾਏ ਜਾਂਦੇ ਨੇ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਬਠਿੰਡਾ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਦੇ ਨਾਲ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਾਰਾ ਦਿਨ ਜਿਹੜਾ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ, ਅਰਦਾਸਾਂ ਕਰਦੀਆਂ ਨੇ, ਹੇ ਅਕਾਲ ਪੁਰਖ ਵਾਹਿਗੁਰੂ ਇਹ ਸਾਲ ਜਿਹੜਾ ਖੁਸ਼ੀਆਂ ਲੈ ਕੇ ਆਵੇ, ਖੇੜੇ ਲੈ ਕੇ ਆਵੇ, ਆਪਸ ਦੇ ਵਿੱਚ ਏਕਤਾ ਤਪਾਕ ਪਿਆਰ ਦੀਆਂ ਦਾਤਾਂ ਪਰਮਾਤਮਾ ਬਖਸ਼ਿਸ਼ ਕਰੇ। ਜਿੱਥੇ ਅੱਜ ਅਸੀਂ ਰਲ ਮਿਲ ਕੇ ਸਾਰੀਆਂ ਸੰਗਤਾਂ ਇਹ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ, ਉੱਥੇ ਨਾਲ ਨਾਲ ਜਿਹੜੇ ਸਾਡੇ ਵੀਰ ਭੈਣਾਂ ਬਜ਼ੁਰਗ ਦਿੱਲੀ ਧਰਨੇ 'ਤੇ ਬੈਠੇ ਨੇ, ਉਹਨਾਂ ਦੇ ਵੀ ਹਰ ਰੋਜ਼ ਚੜ੍ਹਦੀ ਕਲਾ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ। ਹੇ ਪਰਮਾਤਮਾ, ਜਿੱਥੇ ਨਵਾਂ ਸਾਲ ਚੜ੍ਹਿਆ ਕਿਰਪਾ ਕਰਿਓ, ਜਿਹੜੇ ਵੀਰ ਧਰਨੇ 'ਤੇ ਬੈਠੇ ਨੇ ਉਹ ਵੀ ਜਿੱਤ ਪ੍ਰਾਪਤ ਕਰਕੇ ਆਉਣ, ਤਾਂ ਕਿ ਅਸੀਂ ਨਵਾਂ ਸਾਲ ਜਿਹੜਾ ਹੈ ਬਹੁਤ ਖੁਸ਼ੀਆਂ ਨਾਲ ਉਸ ਵਕਤ ਮਨਾਵਾਂਗੇ ਜਦੋਂ ਸਾਡੇ ਵੀਰ ਧਰਨੇ ਤੋਂ ਉਹ ਤਿੰਨੇ ਕਾਨੂੰਨ ਵਾਪਸ ਕਰਾ ਕੇ ਉਹ ਯੋਧੇ ਉਹ ਸੂਰਮੇ ਬਹੁਤ ਕੜਕਦੀ ਠੰਡ ਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਦਬਾਅ ਬਣਾ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਆ ਉਹ ਕਾਨੂੰਨ ਵਾਪਸ ਲਵੇ ਅਤੇ ਅਸੀਂ ਆਮਨ ਅਚੈਨ ਦੇ ਨਾਲ ਭਾਰਤ ਦੇ ਵਾਸੀ ਆਪੋ ਆਪਣੇ ਕਾਰੋਬਾਰਾਂ ਦੇ ਵਿੱਚ ਖੁਸ਼ੀਆਂ ਦੇ ਨਾਲ ਮਾਣੀਏ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਗ੍ਰੰਥੀ, ਜਿਨ੍ਹਾਂ ਨੇ ਕਿਹਾ ਕਿ ਅਸੀਂ ਨਵੇਂ ਸਾਲ ਅਤੇ ਜਿਹੜੇ ਕਿ ਕਿਸਾਨ ਦਿੱਲੀ ਵਿੱਚ ਬੈਠੇ ਹਨ ਉਹਨਾਂ ਦੀ ਚੜ੍ਹਦੀ ਕਲਾ ਅਤੇ ਜਿੱਤ ਦੀ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਜਿੱਤ ਪ੍ਰਾਪਤ ਕਰਕੇ ਆਉਣ ਅਤੇ ਇਹ ਜਿਹੜਾ ਨਵਾਂ ਸਾਲ ਹੈ ਅਸੀਂ ਉਹਨਾਂ ਦੀ ਖੁਸ਼ੀ ਵਿੱਚ ਫਿਰ ਮਨਾਵਾਂਗੇ। ਸਾਡੇ ਨਾਲ ਬੀਬੀਆਂ ਵੀ ਜੁੜੀਆਂ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਨਵੇਂ ਸਾਲ ਦੇ ਪ੍ਰਬੰਧ ਵਿੱਚ ਸੰਬੰਧ ਵਿੱਚ ਆਪਣੇ ਸੰਗਤਾਂ ਆ ਰਹੀਆਂ, ਖੰਡ ਪਾਠ ਵੀ ਕੀਤੇ ਹੈਗੇ, ਅਤੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇਹ ਹਰ ਸਾਲ ਹੀ ਹਰ ਸਾਲ ਨਵਾਂ ਸਾਲ ਮਨਾਇਆ ਜਾਂਦਾ, ਅਖੰਡ ਪਾਠ ਰੱਖੇ ਜਾਂਦੇ ਹਨ ਅਤੇ 1 ਤਰੀਕ ਨੂੰ ਭੋਗ ਪਾਇਆ ਜਾਂਦਾ ਸਾਰੀ ਸੰਗਤਾਂ ਦੇ ਚੜ੍ਹਦੀ ਕਲਾ ਵਾਸਤੇ। ਅਤੇ ਮੈਂ ਤਾਂ ਇਹੀ ਕਹਿਣੀ ਹਾਂ, ਨਵਾਂ ਸਾਲ ਆਵੇ, ਨਵੇਂ ਚਾਅ ਲੈ ਕੇ ਖੁਸ਼ੀ ਨਵੀਂ ਹੀ ਵਿੱਚ ਸਮਾਈ ਹੋਵੇ, ਸੋਹਣੇ 2021 ਸਾਲ ਅੰਦਰ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਨਾਲ ਹੀ ਸਾਰੀਆਂ ਬੀਬੀਆਂ ਵੱਲੋਂ ਕਿਸਾਨਾਂ ਦੀ ਜਿੱਤ ਵਾਸਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ। ਅੱਜ ਵੀ ਅਸੀਂ 2 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਂਗੇ। ਸੋ ਭਾਈ, ਮੇਰਾ ਤਾਂ ਸਤਿਗੁਰਾਂ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਸਾਰਿਆਂ ਨੂੰ ਚੜ੍ਹਦੀ ਕਲਾ 'ਚ, ਸਾਰੇ ਸੰਸਾਰ ਨੂੰ, ਸਾਰੀ ਦੁਨੀਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।